ਮੂਰਤੀਆਂ ਤੇ ਮੂਰਤੀਆਂ ਅੱਗੇ ਨੱਕ ਘਸਾ ਕੇ ਥੱਕ ਗਿਆ ਹਾਂ ਪਰ ਪਾਰ ਨਹੀਂ ਪਈ ਖਬਰੇ ਸਾਡੀ ਸ਼ਰਧਾ ਘਾਟੇ ਤਿੰਨ ਮਹੀਨੇ ਹੋ ਗਏ ਨੇ ਮੈਨੂੰ ਨੌਕਰੀ ਭਾਲਦੇ ਨੂੰ ਤੇਰੇ ਵੀ ਰੰਗ ਨਿਆਰੇ ਨੇ ਮੇਰੀ ਮਾਂ ਲੋਕਾਂ ਦੇ ਭਾਂਡੇ ਮਾਂਜ ਕੇ ਕੱਪੜੇ ਧੋ ਕੇ ਮੈਨੂੰ ਬੀਏ ਤੱਕ ਬੜੇ ਜਫਰ ਜਾਲ ਕੇ ਪੜ੍ਹਾਇਆ ਹੈ ਉਹਦੇ ਦਿਲ ਵਿੱਚ ਕਈ ਉਮੰਗਾਂ ਕਈ ਦਲੀਲਾਂ ਮਨ 'ਚ ਜੋਗਾ ਪੜ੍ਹ ਲਿਖ ਕੇ ਨੌਕਰੀ ਲੱਗੇਗਾ ਘਰ ਵਿੱਚ ਪੈਸਾ ਆਵੇਗਾ ਘਰ ਵਿੱਚ ਲਕਸ਼ਮੀ ਆਏਗੀ ਸੋਹਣੀ ਜਿਹੀ ਬਹੂ ਵਿਆਹ ਕੇ ਲਿਆਵਾਂਗੀ ਫਿਰ ਮੇਰਾ ਪੋਤਰਾ ਹੋਵੇਗਾ ਮੈਂ ਉਹਨੂੰ ਸਾਰਾ ਦਿਨ ਖਿਡਾਵਾਂਗੀ ਉਹਨੂੰ ਬੜੇ ਚਾਅ ਸਨ ਪਰ ਮੈਂ ਹਲਕੇ ਵਿੱਚ ਮਸ਼ਹੂਰ ਅਤੇ ਸਰਗਰਮ ਸੀ ਪਰ ਉਸਦੀ ਪਾਰਟੀ ਵੀ ਦੂਸਰੀਆਂ ਪਾਰਟੀਆਂ ਵਾਂਗ ਫੁੱਟ ਦਾ ਸ਼ਿਕਾਰ ਹੋ ਗਈ ਸੀ ਈਰਖਾ ਵੱਖ ਬਸ ਉਸਦੇ ਬਰਾਬਰ ਦੇ ਦੋ ਧੜੇ ਪੈਦਾ ਹੋ ਗਏ ਪਰ ਉਸਨੂੰ ਇਸ ਦੀ ਕੋਈ ਚਿੰਤਾ ਨਹੀਂ ਸੀ ਇੱਕ ਦਿਨ ਉਹ ਆਪਣੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਦੀ ਮੀਟਿੰਗ ਕਰ ਰਿਹਾ ਸੀ ਤਾਂ ਜਿਸ ਗੱਲ ਤੋਂ ਉਹ ਬੇਫਿਕਰ ਸੀ ਉਹ ਗੱਲ ਵੀ ਉੱਭਰ ਕੇ ਸਾਹਮਣੇ ਆ ਗਈ ਪਾਰਟੀ ਵਰਕਰ ਜੱਸਾ ਸਿੰਘ ਨੇ ਆਪਣੇ ਦਿਲ ਦੀ ਗੱਲ ਕਰਦਿਆਂ ਕਿਹਾ MLA ਸਾਹਿਬ ਹੁਣ ਤਾਂ ਆਪਣੀ ਜਿੱਤ ਲਈ ਚਿੰਤਾ ਜੀ ਖੜੀ ਹੋ ਗਈ ਕਿਵੇਂ ਬੁੱਢੇ ਸ਼ੇਰ ਨੇ ਉਤਸੁਕਤਾ ਨਾਲ ਪੁੱਛਿਆ ਕਹਾਣੀ ਰਾਜਨੀਤੀ ਨਾਲ ਸੰਬੰਧ ਰੱਖਦੀ ਹੈ ਰਾਜਨੀਤਿਕ ਮਾਹੌਲ ਕਿਸ ਤਰ੍ਹਾਂ ਗਰਮਾਉਂਦਾ ਹੈ ਕਿਵੇਂ ਫੈਲਦਾ ਹੈ ਕੀ ਕੁਛ ਕਰਦੇ ਨੇ ਕਿਸ ਤਰ੍ਹਾਂ ਲੋਕ ਇਹ ਕਰਦੇ ਨੇ ਔਰ ਸਭ ਤੋਂ ਇੱਦਾਂ ਦੀ ਤਰ੍ਹਾਂ ਦਾ ਕਵਿਤਾ ਤੋਂ ਵੱਖਰਾ ਹੁੰਦਾ ਅਤੇ ਇਹਨੂੰ ਆਪਾਂ ਜਿੰਨਾ ਸੰਖੇਪ ਰੂਪ ਵਿੱਚ ਜਿਹੜੀ ਕਹਾਣੀ ਠਾਹ ਕਰਕੇ ਜਿਹੜੀ ਕਹਿੰਦੇ ਨਾ ਉਹਦਾ ਅੰਤ ਵੀ ਹੋਏ ਅਤੇ ਵਿੱਚੋਂ ਭਾਵ ਵੀ ਖਿਲਾਰਨ ਵਾਲੀ ਕਹਾਣੀ ਜਿਹੜੀ ਡਾਇਸ ਥੋੜ੍ਹਾ ਜਿਹਾ ਘੱਟ ਤਵੱਜੋ ਲੈਂਦੀ ਇਸ ਕਰਕੇ ਜੋ ਵੀ ਸੱਜਣ ਆਉਣ ਜੋ ਕਹਾਣੀਆਂ ਪੜ੍ਹਨ ਉਹ ਪਲੀਜ਼ ਛੋਟੀ ਕਹਾਣੀ ਲੈ ਕੇ ਆਉਣ ਉਹਦੇ ਨਾਲ ਜ਼ਿਆਦਾ ਪ੍ਰਭਾਵਸ਼ਾਲੀ ਰਹਿ ਜੀ ਧੰਨਵਾਦ ਅਤੇ ਮੇਰੇ ਅਦੀਬ ਸੱਜਣੋ ਲੋਕਾਂ ਦਾ ਖਿਆਲ ਹੈ ਕਿ ਕਹਾਣੀ ਮੰਚ ਦਾ ਵਿਸ਼ੇ ਨਹੀਂ ਇੱਥੇ ਤਾਂ ਰਸ ਭਰੀ ਗੱਲ ਕੀਤੀ ਜਾਵੇ ਤਾਂ ਸ਼ਰੋਤਾ ਆਨੰਦ ਮਾਣਦੇ ਨੇ ਮੈਂ ਵੇਖ ਰਿਹਾ ਸਾਂ ਮੈਂ ਆਲੋਚਨਾ ਨਹੀਂ ਕਰ ਰਿਹਾ ਕੁਛ ਸ਼ਰੋਤਾ ਉਬਾਸੀਆਂ ਲੈ ਰਹੇ ਸਨ ਅਤੇ ਕੁਛ ਨੀਂਦ ਦਾ ਮਜ਼ਾ ਵੀ ਲੈ ਰਹੇ ਸਨ ਅਤੇ ਕਹਾਣੀਕਾਰ ਆਪਣੀ ਕਹਾਣੀ ਪੜ੍ਹ ਰਿਹਾ ਸੀ ਲੇਕਿਨ ਇੱਕ ਗੱਲ ਹੋਰ ਕਿ ਕਹਾਣੀ ਹਮੇਸ਼ਾ ਸੁਣਾਈ ਗਈ ਹੈ ਕਦੇ ਦਾਦੇ ਦਾਦੀ ਤੋਂ ਅਤੇ ਕਦੇ ਨਾਨੇ ਨਾਨੀ ਤੋਂ ਇਹ ਸਾਡੀ ਸੰਸਕ੍ਰਿਤੀ ਰਹੀ ਹੈ ਕਿ ਅਸੀਂ ਕਹਾਣੀ ਸੁਣਦੇ ਆਏ ਹਾਂ ਅਤੇ ਉਸੇ ਤਰ੍ਹਾਂ ਮੈਂ ਕੋਸ਼ਿਸ਼ ਕਰਾਂਗਾ ਮੈਂ ਮੇਰੀ ਕਹਾਣੀ ਨੂੰ ਕਿ ਉਹ ਤੁਹਾਨੂੰ ਇਸ ਤਰ੍ਹਾਂ ਲੱਗੇ ਕਿ ਅਸੀਂ ਸੁਣ ਰਹੇ ਹਾਂ ਪੜ੍ਹ ਨਹੀਂ ਰਹੇ ਇਹ ਇੱਕ ਕਹਾਣੀ 'ਚ ਹੋਣਾ ਜ਼ਰੂਰੀ ਹੈ ਇਹ ਪੱਖ ਲੇਕਿਨ ਮੈਂ ਕੋਸ਼ਿਸ਼ ਕਰਦਾ ਕਿ ਲੱਗੇ